ਲੋਕੀ ਪੁੱਤਰਾਂ ਦਾ ਸੁੱਖ ਲੋਚਣ ਅੰਤਮ ਸਵਾਸਾਂ ਤੋੜੀ, ਪਰ ਦਸ਼ਮੇਸ਼ ਪਿਤਾ ਨੇ ਵਾਰੇ ਕਰਕੇ ਜੋੜੀ ਜੋੜੀ, ਵੱਡੇ ਦੋ ਚਮਕਾਰ ਵਿਆਏ ਤੇ ਦੋ ਸਰਹੰਦ ਵਿਆਏ, ਗਾਨੇ ਸੇਰੇ ਬਨ ਕੇ ਤੋਰੇ ਆਪ ਅਜਲ ਦੀ ਘੋੜੀ, ਗੁਰਾਂ ਨੇ ਆਪ ਮੌਤ ਦੀ ਘੋੜੀ। ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਹਾਜ਼ਰੀ ਲਵਾਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਸ਼ ਕਰ ਰਹੇ ਹਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ 1761 ਬਿਕਰਮੀ 1704 ਈਸਵੀ ਨੂੰ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਚੱਲੇ ਨੇ। ਅਜੇ ਜਥਾ ਸਰਸਾ ਦੇ ਕਿਨਾਰੇ ਤੇ ਪਹੁੰਚਾ ਸੀ, ਅੰਮ੍ਰਿਤ ਵੇਲਾ ਹੋਇਆ ਏ। ਮਹਾਰਾਜ ਦੇ ਹੁਕਮ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਨਿਤਨੇਮ ਹੋ ਰਿਹਾ ਸੀ। ਮਹਾਰਾਜ ਦੇ ਮਗਰ ਲੱਗੀ ਹੋਈ ਫੌਜ ਨੇ ਹੱਲਾ ਬੋਲ ਦਿੱਤਾ ਹੈ, 7 ਲੱਖ ਫੌਜਾਂ ਇਹ ਵੈਰੀ ਚੜ ਕੇ ਆ ਗਿਆ। ਗੁਰੂ ਕੇ ਲਾਲ ਨਿਤਨੇਮ ਕਰ ਰਹੇ ਸਨ ਔਰ ਕੁਝ ਵੈਰੀ ਦੇ ਨਾਲ ਲੋਹਾ ਲੈ ਰਹੇ ਸਨ। ਨਿਤਨੇਮ ਤੋਂ ਬਾਅਦ ਮਹਾਰਾਜ ਦਾ ਹੁਕਮ ਸੀ ਸਰਸਾ ਵਿੱਚ ਠਿਲ ਜਾਓ, ਔਰ ਹੁਕਮ ਦੇ ਨਾਲ ਗੁਰੂ ਕੇ ਲਾਲਾਂ ਨੇ ਸਿੰਘਾਂ ਨੇ ਸਰਸਾ ਵਿੱਚ ਛਾਲਾਂ ਮਾਰ ਦਿੱਤੀਆਂ। ਗੁਰੂ ਕਾ ਪਰਿਵਾਰ ਕਈ ਹਿੱਸਿਆਂ ਵਿੱਚ ਇੱਥੇ ਹੋ ਗਿਆ, ਪਰਿਵਾਰ ਦਾ ਵਿਛੋੜਾ ਸਰਸਾ ਦੇ ਕਿਨਾਰੇ ਤੇ ਹੈ, ਐਂ ਪੈ ਗਿਆ। ਕਰਕੇ ਬਾਈ ਧਾਰੀਏ ਸਤਿਗੁਰ ਨਾਲ ਧੋਖਾ, ਹੁਣ ਵਿੱਚ ਮੈਦਾਨ ਦੇ ਹੁਣ ਜੰਗ ਅਨੋਖਾ। ਹੋ ਇੱਕ ਸਿਵੈਰੀ ਔਰੰਗਜ਼ੇਬ ਜੋ ਦਿਲ ਦਾ ਕੋੜਾ, ਸਰਸਾ ਕੰਡੇ ਪੈ ਗਿਆ ਪਰਿਵਾਰ ਵਿਛੋੜਾ। ਸਤਿਗੁਰ ਗਾਉਂਦੇ ਬੈਠ ਕੇ ਆਸਾਂ ਦੀਆਂ ਵਾਰ।
ਅੰਮ੍ਰਿਤ ਦਾ ਲੋੜਾ ਸਰਸਾ ਕੰਡੇ ਪੈ ਗਿਆ ਪਰਿਵਾਰ ਵਿਛੋੜਾ ਸਰਸਾ ਕੰਡੇ ਪੈ ਗਿਆ ਪਰਿਵਾਰ ਵਿਛੋੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਇੱਥੇ ਵਿਛੜ ਗਿਆ ਛੋਟੇ ਲੱਖ ਤੇ ਜਿਗਰ ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਆਪਣੇ ਸਾਥ ਨਾਲੋਂ ਪਿਤਾ ਜੀ ਦੇ ਨਾਲੋਂ ਵਿਛੜ ਕੇ ਜਿੱਧਰੋਂ ਪਾਣੀ ਆਉਂਦਾ ਉਸ ਪਾਸੇ ਨੂੰ ਹੋਤਰੇ ਨੇ ਚਲਦੇ ਗਏ ਚਲਦਿਆਂ ਚਲਦਿਆਂ ਜਿੱਥੇ ਸਤਲੁਜ ਤੇ ਸਰਸਾ ਦਾ ਸੰਗਮ ਹੈ ਇੱਥੇ ਪਹੁੰਚੇ ਨੇ। ਇੱਥੇ ਕੰਮੂ ਮਾਸ਼ਕ ਹੀ ਰਹਿੰਦਾ ਹੈ, ਰਾਤ ਦਾ ਹਨੇਰਾ ਹੈ, ਕੁੱਲੀ 'ਚ ਦੀਵਾ ਜਾਗ ਰਿਹਾ ਹੈ। ਇਹਨਾਂ ਨੇ ਆਵਾਜ਼ ਦਿੱਤੀ, ਮਾਤਾ ਜੀ ਨੇ ਆਖਿਆ ਕੋਈ ਹੈ ਸਾਡੀ ਆਵਾਜ਼ ਨੂੰ ਸੁਣਦਾ? ਕੰਮੂ ਮਾਸ਼ਕੀ ਆਇਆ ਬਾਹਰ, ਕਹਿਣ ਲੱਗਾ ਕੌਣ ਜੇ? ਮਾਤਾ ਜੀ ਨੇ ਆਖਿਆ ਮੈਂ ਕਲਗੀਆਂ ਵਾਲੇ ਪਾਤਸ਼ਾਹ ਦੀ ਮਾਤਾ ਹਾਂ, ਅਸੀਂ ਪਰਿਵਾਰ ਨਾਲੋਂ ਵਿਛੜ ਗਏ ਹਾਂ, ਮੇਰੇ ਦੋ ਛੋਟੇ ਪੋਤਰੇ ਨਾਲ ਠੰਡ ਦਾ ਹੀ ਹੋਰ ਹੈ, ਸਾਨੂੰ ਰਾਤ ਕਟਾ ਸਕਦਾ? ਇਹਨੇ ਅੱਗ ਬਾਲੀ ਹੈ। ਅਗਲੇ ਦਿਨ ਲਾਗਲੇ ਪਿੰਡੋਂ ਬ੍ਰਾਹਮਣੀ ਲਖਮੀ ਨਾਂ ਦੀ ਔਰਤ ਦੇ ਘਰੋਂ ਭੋਜਨ ਮੰਗਵਾਇਆ ਹੈ, ਪ੍ਰਸ਼ਾਦਾ ਛਕਾਇਆ ਹੈ, ਔਰ ਨਾਲ ਸੀ ਗੰਗੂ ਜਾਂ ਰਾਹ ਵਿੱਚ ਮਿਲਿਆ ਜਾਂ ਸੁਣ ਕੇ ਇੱਥੇ ਆਇਆ, ਇਹ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਨਾਲ ਆਪਣੇ ਪਿੰਡ ਖੇੜੀ ਲੈ ਗਿਆ ਹੈ। ਇਹਨੇ ਆਪਣੀ ਪਿਛਲੀ ਕੋਠੜੀ ਵਿੱਚ ਸਾਹਿਬਜ਼ਾਦਿਆਂ ਦਾ ਵਿਸ਼ਰਾਮ ਕਰਵਾ ਦਿੱਤਾ। ਆਪਣੀ ਮਾਂ ਸੋਭੀ ਨੂੰ ਕਹਿੰਦਾ, ਮਾਂ ਲੈ ਇਹਨਾਂ ਵਾਸਤੇ ਖਾਣਾ ਤਿਆਰ ਕਰ। ਇਹ ਆਪ ਬਾਜ਼ਾਰ ਗਿਆ, ਜ਼ਹਿਰ ਲੈ ਕੇ ਆਇਆ ਹੈ, ਲਿਆ ਕੇ ਆਪਣੀ ਮਾਂ ਨੂੰ ਕਹਿੰਦਾ, ਮਾਂ ਇਹਨਾਂ ਦੇ ਪਰਿਵਾਰ ਦਾ ਮੈਂਬਰ ਕੋਈ ਬਾਕੀ ਨਹੀਂ ਰਹਿ ਗਿਆ, ਕੁਝ ਸਰਸਾ ਵਿੱਚ ਰੁੜ ਗਏ ਨੇ, ਕੁਝ ਸਰਕਾਰ ਨੇ ਮਾਰ ਲਏ ਨੇ, ਇਹਨਾਂ ਦੇ ਕੋਲ ਮਾਇਆ ਹੈ ਜਿਹੜੀ, ਉਹਦੇ ਅਸੀਂ ਮਾਲਕ ਬਣ ਜਾਵਾਂਗੇ, ਇਹ ਖਾਣੇ ਦੇ ਵਿੱਚ ਮਿਲਾ ਦੇ, ਸੁੱਤੇ ਸੌਂ ਜਾਣਗੇ। ਮਾਂ ਸੋਭੀ ਸੁਣ ਕੇ ਆਪਣੇ ਪੁੱਤਰ ਨੂੰ ਇਸ ਪਾਪ ਤੋਂ ਜਿਵੇਂ ਵਰਜਦੀ ਆ, ਗੰਗੂ ਅਤੇ ਸੋਭੀ ਦੇ ਮਾਂ ਅਤੇ ਪੁੱਤਰ ਦੇ ਸਵਾਲ ਅਤੇ ਜਵਾਬ ਹੇ ਐਂ ਦੇ ਆ ਜੀ। ਉੱਜੜ ਗਈਆਂ ਸਭ ਸ਼ਾਹੀ ਰੌਣਕਾਂ, ਰਹੀ ਨਾ ਕੋਈ ਨਿਸ਼ਾਨੀ, ਅਨੰਦਪੁਰ ਛੱਡ ਕੇ ਗੁਰੂ ਚਲਾ ਗਿਆ, ਕੌਣ ਇਹਨਾਂ ਦਾ ਹਾਮੀ, ਹੁਣ ਬਣ ਜੂ ਅਮੀਰ ਮੈਂ, ਸੁਲਝਣੀ ਜ਼ਿੰਦਗੀ ਦੇ ਤਾਣੇ, ਏ ਬਾਗੀ ਪੁੱਤ ਗੁਰੂ ਦੇ ਯਾਰ ਤੂੰ ਮਲਾ ਦੇ ਵਿੱਚ ਖਾਣੇ, ਏ ਬਾਗੀ ਪੁੱਤ ਗੁਰੂ ਦੇ ਯਾਰ ਤੂੰ ਮਲਾ ਦੇ ਵਿੱਚ ਖਾਣੇ। ਮਾਇਆ ਪੁੱਤਰ ਸਾਥ ਲੈ ਜਾਣੀ, ਉਸ ਮਾਲਕ ਤੂੰ ਡਰੀਏ, ਜਿਸ ਭਾਂਡੇ ਵਿੱਚ ਖਾਦਾ ਹੋਵੇ ਉਸ ਵਿੱਚ ਛੇਕ ਨ ਕਰੀਏ, ਹੁਣ ਕਰ ਮਨ ਜ਼ੂਰ ਲੈ ਕਰਕੇ ਨਾ ਪਾਪ ਪੱਛੋ, ਤਾਂ ਵੀ ਸੁਣ ਲੈਵੇ ਪੁੱਤ ਗੰਗਿਆ, ਲਾਲਾ ਉੱਤੇ ਕਰ ਨਾ ਕਮਾਵੀ। ਉੱਜੜ ਗਈਆਂ ਸਭ ਸ਼ਾਹੀ ਰੌਣਕਾਂ, ਰਹੀ ਨਾ ਕੋਈ ਨਿਸ਼ਾਨੀ, ਅਨੰਦਪੁਰ ਛੱਡ ਕੇ ਗੁਰੂ ਚਲਾ ਗਿਆ, ਕੌਣ ਇਹਨਾਂ ਦਾ ਹਾਮੀ, ਹੁਣ ਬਣ ਜੂ ਅਮੀਰ ਮੈਂ, ਸੁਲਝਣੀ ਜ਼ਿੰਦਗੀ ਦੇ ਤਾਣੇ, ਇਹ ਬਾਗੀ ਪੁੱਤ ਗੁਰੂ ਦੇ ਜ਼ਹਿਰ ਤੂੰ ਮਲਾ ਦੇ ਵਿੱਚ ਖਾਣੇ, ਇਹ ਬਾਗੀ ਪੁੱਤ ਗੁਰੂ ਦੇ ਜ਼ਹਿਰ ਤੂੰ ਮਲਾ ਦੇ ਵਿੱਚ ਖਾਣੇ। ਮਾਇਆ ਪੁੱਤਰ ਸਾਥ ਨਹੀਂ ਜਾਣੀ, ਉਸ ਮਾਲਕ ਤੂੰ ਡਰੀਏ, ਜਿਸ ਭਾਂਡੇ ਵਿੱਚ ਖਾਦਾ ਹੋਵੇ ਉਸ ਵਿੱਚ ਛੇਕ ਨ ਕਰੀਏ, ਹੁਣ ਕਰ ਮਨ ਜ਼ੂਰ ਲੈ ਕਰਕੇ ਨਾ ਪਾਪ ਪੱਛੋ, ਤਾਂ ਵੀ ਸੁਣ ਲੈਵੇ ਪੁੱਤ ਗੰਗਿਆ, ਲਾਲਾ ਉੱਤੇ ਕਰ ਨਾ ਕਮਾਵੀ। ਤਤਪਰ ਹੋ ਕੇ ਕਰੀ ਅੱਜ ਜੀ, ਮੈਂ ਤਾਂ ਸ਼ਾਮ ਸਵੇਰੇ ਝੂਠੇ ਬਰਤਨ ਮਾਂਜ ਮਾਂਜ ਕੇ ਪੋਟੇ ਕੱਸ ਗਏ ਮੇਰੇ, ਹੁਣ ਵਕਤ ਸੰਭਾਲੀਏ ਮਾਂ ਪੁੱਤ ਬਣ ਕੇ ਸਿਆਣੇ, ਇਹ ਬਾਗੀ ਪੁੱਤ ਗੁਰੂ ਦੇ ਜ਼ਹਿਰ ਤੂੰ ਮਲਾ ਦੇ ਵਿੱਚ ਖਾਣੇ, ਇਹ ਬਾਗੀ ਪੁੱਤ ਗੁਰੂ ਦੇ ਜ਼ਹਿਰ ਤੂੰ ਮਲਾ ਦੇ।
ਵਿੱਚ ਖਾਣੇ 40 ਗੰਜ ਕਾਰੂ ਨੇ ਜੋੜੇ ਨਾਲ ਗਈ ਨਾਰਾਈ ਮਾਇਆ ਨਾਗਣੀ ਇਸ ਜੱਗ ਦੀ ਬਾਣੀ ਦਵੇ ਗਵਾਈ ਕੌਡੀ ਨਾ ਜਾਣੀ ਨਾਲ ਵੇ ਜਿੰਦਾ ਨਾ ਮਸੂਮ ਤੂੰ ਫੜਾਵੀ ਸੁਣ ਲੈ ਵੇ ਪੁੱਤ ਗੰਗਿਆ ਲਾਲਾ ਉੱਤੇ ਕਹਿਰ ਨਾ ਕਮਾਵੀ ਮੰਨੇਗੀ ਸਰਕਾਰ ਵੀ ਮੇਰੀ ਮੰਨ ਲੈ ਮੇਰਾ ਕਹਿਣਾ ਹੋਰ ਕਿਸੇ ਜੇ ਖਬਰ ਪਚਾਤੀ ਉਲਟਾ ਫਾਹਾ ਪੈਣਾ ਹੁਣ ਜ਼ੋਰ ਸਰਕਾਰ ਦਾ ਕੋਲੂ ਵਿੱਚ ਪੀੜ ਦੂ ਨਿਆਣੇ ਏ ਬਾਗੀ ਪੁੱਤ ਗੁਰੂ ਦੇ ਬਾਗੀ ਪੁੱਤ ਗੁਰੂ ਦੇ ਜ਼ਹਿਰ ਤੂੰ ਮਲਾ ਦੇ ਵਿੱਚ ਖਾਣੇ ਥੋੜੇ ਦਿਨ ਸਰਕਾਰ ਰਹੇ ਜੋ ਪਰਜਾ ਨਾਲ ਵਿਗਾੜਿਆ ਰਣ ਭੂਮੀ ਨੂੰ ਤੁਰ ਪੈਂਦੇ ਨੇ ਆਜ਼ਾਦੀ ਦੇ ਲਾੜੇ ਪੁੱਤ ਨੇਕ ਕੰਮ ਕਰ ਲੈ ਗੁਰਨਾਮ ਦਿਲੋਂ ਨਾ ਭਲਾਵੀ ਸੁਣ ਲੈ ਵੇ ਪੁੱਤ ਗੰਗਿਆ ਲਾਲਾ ਉੱਤੇ ਕਹਿਰ ਨਾ ਕਮਾਵੀ ਸੁਣ ਲੈ ਵੇ ਪੁੱਤ ਮੇਰਿਆ ਲਾਲਾ ਉੱਤੇ ਕਹਿਰ ਨਾ ਕਮਾਵੀ ਗੰਗੂ ਦੀ ਮਾਂ ਆਪਣੇ ਪੁੱਤਰ ਨੂੰ ਵਰਜ ਰਹੀ ਸੀ ਇਹ ਪਾਪ ਨਾ ਕਰ ਹੁਣ ਸਮਾਂ ਇਹਨਾਂ ਦੀ ਸੇਵਾ ਕਰਨ ਦਾ ਗੰਗੂ ਨੂੰ ਵਰਜਿਆ ਪਰ ਸ਼ਾਦਾ ਸ਼ਿਕਾਇਆ ਏ ਰਾਤ ਆਪਣੀ ਦਾਦੀ ਮਾਂ ਦੇ ਦੋਵੇਂ ਪਾਸੀ ਇੱਕ ਬੰਨੇ ਬਾਬਾ ਜ਼ੋਰਾਵਰ ਸਿੰਘ ਜੀ ਲੇਟੇ ਹੋਏ ਨੇ ਇੱਕ ਬੰਨੇ ਬਾਬਾ ਫਤਿਹ ਸਿੰਘ ਜੀ ਪੁੱਛਦੇ ਨੇ ਮਾਤਾ ਜੀ ਸਾਡੇ ਬਾਪੂ ਜੀ ਕਿੱਥੇ ਚਲੇ ਗਏ ਸਾਡੀਆਂ ਮਾਤਾਵਾਂ ਸਾਡੇ ਵੱਡੇ ਵੀਰ ਕਦੋਂ ਮਿਲਣਗੇ ਤੇ ਮਾਤਾ ਜੀ ਕਹਿ ਰਹੇ ਸੀ ਬੇਟਾ ਤੁਹਾਡਾ ਬਾਪੂ ਤੁਹਾਡੇ ਵੱਡੇ ਵੀਰ ਤੁਹਾਡੇ ਨਾਲ ਦੇ ਸਿੰਘ ਜੰਗ ਜਿੱਤ ਕੇ ਆਣ ਕੇ ਤੁਹਾਨੂੰ ਮਿਲਣਗੇ ਇਹ ਗੱਲਾਂ ਕਰਦੇ ਕਰਦੇ ਸੌ ਗਏ ਰਾਤ ਹੈ ਤੜਕਸਾਰ ਹੋਇਆ ਏ ਮਾਤਾ ਜੀ ਦੀ ਵੀ ਅੱਖ ਲੱਗੀ ਆ ਗੰਗੂ ਨੇ ਮਾਇਆ ਪਾਸੇ ਕੀਤੀ ਆ ਦਿਨ ਚੜਿਆ ਮਾਂ ਨੇ ਪੁੱਛਿਆ ਆਪੇ ਤੋਂ ਬਾਹਰ ਹੋਇਆ ਕਹਿਣ ਲੱਗਾ ਇੱਕ ਤੇ ਮੈਂ ਸਰਕਾਰ ਦੇ ਬਾਗੀਆਂ ਨੂੰ ਘਰੇ ਲੈ ਕੇ ਆਇਆ ਤੇ ਦੂਜਾ ਮੈਨੂੰ ਚੋਰ ਬਣਾ ਰਹੇ ਜੇ ਇਹ ਸੇਵਾ ਦਾ ਫਲ ਦੇ ਰਹੇ ਜੇ ਮੈਂ ਹੁਣੇ ਹੀ ਥਾਣੇਦਾਰ ਨੂੰ ਸਰਕਾਰ ਨੂੰ ਦੱਸ ਕੇ ਤੁਹਾਨੂੰ ਫੜਾ ਦੇਵਾਂਗਾ ਮਾਂ ਨੇ ਰੋਕਿਆ ਪਰ ਇਹ ਕਿੱਥੇ ਰੁਕਦਾ ਸੀ ਇਹ ਗਿਆ ਮਰਿੰਡੇ ਥਾਣੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਨੂੰ ਚਾੜ ਕੇ ਲੈ ਕੇ ਆਇਆ ਏ ਆਏ ਨੇ ਗ੍ਰਿਫਤਾਰ ਕਰਕੇ ਤੁਰਨ ਲੱਗੇ ਮਾਤਾ ਜੀ ਨੇ ਗੰਗੂ ਨੂੰ ਆਖਿਆ ਵੇ ਗੰਗੂ ਜਿਹੜੀ ਮਾਇਆ ਦਾ ਕਰਕੇ ਇਹਨਾਂ ਕਹਿਰ ਕੀਤਾ ਈ ਇਹ ਮਾਇਆ ਤੈਨੂੰ ਲੈ ਡੁੱਬੇਗੀ ਇਹ ਥਾਣੇਦਾਰ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਗੱਡੇ ਤੇ ਬਿਠਾ ਕੇ ਮਰਿੰਡੇ ਨੂੰ ਲਿਜਾ ਰਹੇ ਸਨ ਕੁਝ ਲੜਕੀਆਂ ਪਾਣੀ ਭਰੀਆਂ ਸਨ ਇਹ ਵੇਖ ਕੇ ਆਪੋ ਆਪਣੇ ਖਿਆਲ ਦਿੰਦੀਆਂ ਨੇ ਮੁਸਲਮਾਨਾਂ ਦੀ ਲੜਕੀ ਕਹਿੰਦੀ ਹੈ ਇਹ ਸਾਡੇ ਹਸਨ ਹੁਸੈਨ ਜਾ ਰਹੇ ਨੇ ਹਿੰਦੂਆਂ ਦੀ ਲੜਕੀ ਕਹਿੰਦੀ ਹੈ ਇਹ ਰਾਮ ਤੇ ਲਛਮਣ ਜਾ ਰਹੇ ਨੇ ਕੋਈ ਕਹਿ ਰਹੀ ਹੈ ਰੂਪ ਤੇ ਬਸੰਤ ਜਾ ਰਹੇ ਨੇ ਜਿਵੇਂ ਆਪਸ ਮੇ ਇਹ ਗੱਲਾਂ ਕਰਦੀਆਂ ਨੇ ਉਸ ਵੇਲੇ ਦੇ ਸੀਨ ਨੂੰ ਕਵੀ ਕਰਨੈਲ ਸਿੰਘ ਪਾਰਸ ਰਾਮੂ ਵਾਲੀਏ ਦੀ ਕਲਮ ਨੇ ਹੇ ਐਂ ਬਿਆਨ ਕੀਤਾ ਕਿਉਂ ਪਕੜ ਮਸੂਮਾਂ ਨੂੰ ਨੀਏ ਲਈ ਪੁਲਸੀਏ ਜਾਂਦੇ ਤੱਕ ਨੂਰ ਅਲਾਹੀ ਨੂੰ ਨਿਊਨ ਪਰਬਤ ਸੀ ਸੁਨਵਾਉਂਦੇ ਨਾਲ ਹਕੂਮਤ ਦੇ ਇਹਨਾਂ ਦੀ ਕੀ ਪਈ ਮਰੋੜੀ ਕਿਉਂ ਫੜੀ ਛਪਾਈਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਸਮਝਣ ਵਿੱਚ ਆਉਂਦੀ ਨਾ ਗਲਤੀ ਕਰ ਬੈਠੇ ਹਨ ਕਾਦੀ ਉਹ ਪੂਜਣ ਯੋਗ ਮਾਤਾ ਹੋਊ ਜਾਂ ਨਾਨੀ ਜਾਂ ਦਾਦੀ ਦੱਸਦੀ ਨਿਰਦੋਸ਼ਾਂ ਦੀ ਦੱਸਦੀ ਨਿਰਦੋਸ਼ਾਂ ਦੀ ਦੱਸਦੀ ਨਿਰਦੋਸ਼ਾਂ ਦੀ ਆਯੂ 10 ਸਾਲਾਂ ਤੋਂ ਥੋੜੀ ਕਿਉਂ ਫੜੀ ਛਪਾਈਆਂ ਨੇ ਭੈਣੋ ਐ
ਆਪਸ ਮੇਂ ਗੱਲਾਂ ਕਰ ਰਹੀਆਂ ਸਨ। ਥਾਣੇਦਾਰ ਅਤੇ ਸਿਪਾਹੀ ਇਹਨਾਂ ਨੂੰ ਲੈ ਕੇ ਮਰਿੰਡੇ ਥਾਣੇ ਪਹੁੰਚ ਜਾਂਦੇ ਆ। ਇੱਕ ਰਾਤ ਰੱਖ ਕੇ ਅਗਲੇ ਦਿਨ ਸਰਹੰਦ ਪਹੁੰਚਾ ਦਿੱਤੇ ਜਾਂਦੇ ਆ। ਸੂਬਾ ਸਰਹੰਦ ਚਮਕੌਰ ਦੇ ਮੈਦਾਨ ਵਿੱਚੋਂ ਬੜੀ ਨਮੋਸ਼ੀ ਦੇ ਨਾਲ ਹਾਰ ਕੇ ਵਾਪਸ ਮੁੜਿਆ ਏ। ਇਹਨੂੰ ਬੜੀ ਇਸ ਹਾਰ ਦੀ ਚਿੰਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ 10 ਲੱਖ ਦੇ ਘੇਰੇ ਵਿੱਚੋਂ ਵੀ ਜਿਉਂਦੇ ਨਿਕਲ ਗਏ, ਇਦੋਂ ਵੱਡੀ ਹੋਰ ਇਹਦੀ ਕੀ ਹਾਰ ਹੋ ਸਕਦੀ ਸੀ। ਇਹਨੂੰ ਕਰਮਚਾਰੀਆਂ ਦੱਸਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਬਿਰਧ ਮਾਤਾ ਉਹ ਗ੍ਰਿਫਤਾਰ ਕਰ ਲਏ ਗਏ ਨੇ। ਥੋੜ੍ਹਾ ਜਿਹਾ ਹੌਂਸਲਾ ਮਿਲਿਆ, ਕਹਿੰਦਾ ਉਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਤਾਂ ਕਿ ਸੌਖੇ ਇਸਲਾਮ ਪ੍ਰਵਾਨ ਕਰ ਲੈਣਗੇ। ਪੋਹ ਦੀ 10 ਪੋਹ ਦੀ ਕਕਰੀਲੀ ਰਾਤ ਹੈ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਠੰਡੇ ਬੁਰਜ ਵਿੱਚ ਬੰਦ ਨੇ, ਜਿੱਥੇ ਗਰਮੀਆਂ ਵਿੱਚ ਵੀ ਠੰਡ ਮਹਿਸੂਸ ਹੋਇਆ ਕਰਦੀ ਸੀ। ਕੋਈ ਗਰਮ ਕੱਪੜਾ ਨਹੀਂ ਉੱਪਰ ਲੈਣ ਵਾਸਤੇ, ਕੋਈ ਗਰਮ ਚੀਜ਼ ਨਹੀਂ ਛਕਣ ਵਾਸਤੇ, ਕਿਵੇਂ ਰਾਤ ਬੀਤਦੀ ਹੋਵੇਗੀ। ਉਦੋਂ ਘੁੱਟ ਕੇ ਛਾਤੀ ਦੇ ਨਾਲ ਲਾਇਆ, ਦਾਦੀ ਮਾਂ ਨੇ ਦੋਵਾਂ ਨਿਆਣਿਆਂ ਨੂੰ ਕੱਟੀ ਰਾਤ ਸਿਆਲ ਦੀ ਵਰੇ ਜਿੱਡੀ ਗੱਲੀ ਲਾ ਕੇ ਭੁੱਖਿਆਂ ਭਾਣਿਆਂ ਨੂੰ, ਰੱਬਾ ਤੇਰੀਆਂ ਕੁਦਰਤਾਂ ਨਿਆਰੀਆਂ ਨੇ, ਪੌਣਾ ਦਰਦ ਤੂੰ ਰਾਜਿਆਂ ਰਾਣਿਆਂ ਨੂੰ, ਕੁੱਤੇ ਜਿਨ੍ਹਾਂ ਦੇ ਦੁੱਧ ਕਬੂਲਦੇ ਨਹੀਂ ਸੀ ਅੱਜ ਉਹ ਤਰਸਦੇ ਭੁੱਜਿਆਂ ਦਾਣਿਆਂ ਨੂੰ। ਕਿਵੇਂ ਰਾਤ ਬੀਤਦੀ ਹੋਵੇਗੀ, ਅੰਦਾਜ਼ਾ ਲਾਉਣਾ ਬੜਾ ਔਖਾ ਆ। 11 ਪੋਹ ਦਾ ਦਿਨ ਚੜਿਆ ਏ, ਸਿਪਾਹੀ ਲੈਣ ਵਾਸਤੇ ਆਏ ਆ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਵਿੱਚ, ਛੋਟੇ ਸਾਹਿਬਜ਼ਾਦੇ ਪੇਸ਼ ਕੀਤੇ ਗਏ ਆ। ਗੱਜ ਕੇ ਫਤਿਹ ਬੁਲਾਈ ਹੈ, ਸੂਬਾ ਸਰਹੰਦ ਸੜ ਕੇ ਕੋਲੇ ਹੋ ਗਿਆ, ਕਹਿਣ ਲੱਗਾ ਸਿਪਾਹੀਆਂ ਨੂੰ ਇਹਨਾਂ ਨੂੰ ਸਮਝਾ ਕੇ ਨਹੀਂ ਲਿਆਏ। ਕਰਮਚਾਰੀਆਂ ਨੇ ਆਖਿਆ ਸਮਝਾ ਕੇ ਲਿਆਏ ਆ, ਪਰ ਨਹੀਂ ਸਮਝਦੇ, ਪੁੱਤਰ ਗੁਰੂ ਗੋਬਿੰਦ ਸਿੰਘ ਦੇ ਹੈ। ਬੜੇ ਲਾਲਚ ਦਿੱਤੇ, ਡਰਾਵੇ ਵੀ ਦਿੱਤੇ ਗਏ, ਸਾਹਿਬਜ਼ਾਦੇ ਨਹੀਂ ਮੰਨੇ। ਆਖਿਰ ਇਹਨੇ ਇੱਕ ਦਿਨ ਸੋਚਣ ਵਾਸਤੇ ਇਹਨਾਂ ਦੀ ਦਾਦੀ ਦੇ ਕੋਲ ਭੇਜੇ ਨੇ, ਆਖਿਆ ਆਪ ਇਹਨਾਂ ਦੀ ਦਾਦੀ ਨੂੰ ਕਹੋ, ਆਪਣੇ ਪੋਤਰਿਆਂ ਨੂੰ ਕਵੇ ਕਿ ਇਸਲਾਮ ਪ੍ਰਵਾਨ ਕਰਕੇ ਆਪਣੀ ਜਾਨ ਬਚਾ ਲੈਣ। ਠੰਡੇ ਬੁਰਜ ਵਿੱਚ ਪਹੁੰਚਾ ਦਿੱਤੇ ਗਏ ਨੇ। 12 ਪੋਹ ਦੀ ਫਿਰ ਪੇਸ਼ੀ ਹੋਈ ਹੈ, ਜਿਸ ਵਿੱਚ ਫਿਰ ਲਾਲਚ ਦਿੱਤੇ ਗਏ ਨੇ, ਡਰਾਵੇ ਵੀ ਦਿੱਤੇ ਗਏ ਨੇ। ਜਦੋਂ ਨਹੀਂ ਮੰਨੇ, ਸੂਬਾ ਸਰਹੰਦ ਨੇ ਸ਼ੇਰ ਮੁਹੰਮਦ ਮਲੇਰਕੋਟਲੀਏ ਨੂੰ ਆਖਿਆ, ਇਹਨਾਂ ਨੂੰ ਸ਼ਹੀਦ ਕਰਕੇ ਆਪਣੇ ਭਰਾ ਨਾਰ ਖਾਂ ਦੀ ਮੌਤ ਦਾ ਬਦਲਾ ਲੈ ਲਾ। ਸ਼ੇਰ ਮੁਹੰਮਦ ਮਲੇਰਕੋਟਲੀਆ ਉੱਠਿਆ ਇੱਕ ਕੁਰਸੀ ਤੋਂ, ਕਹਿਣ ਲੱਗਾ ਮੇਰਾ ਭਰਾ ਮਰਦ ਸੀ, ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਗਿਆ, ਉਹ ਮਾਰਿਆ ਗਿਆ। ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆ ਜਾਵੇ, ਕਿਤੇ ਟਾਕਰਾ ਹੋ ਜਾਵੇ, ਮੈਂ ਗੁਰੂ ਨੂੰ ਮਾਰ ਲਵਾਂ ਜਾਂ ਮਰ ਜਾਵਾਂ, ਗੱਲ ਵੱਖਰੀ ਹੈ। ਉਹਦੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਕੇ ਆਪਣੀ ਕੁਲ ਦੇ ਮੱਥੇ 'ਤੇ ਕਲੰਕ ਨਹੀਂ ਲਾ ਸਕਦਾ, ਮੈਂ ਤੈਨੂੰ ਰਾਏ ਦੇਣਾ, ਇਹਨਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਨੂੰ ਛੱਡ ਦੇ। ਆਖਿਰ ਲਾਗੇ ਸੁੱਚਾਨੰਦ ਬੈਠਾ ਹੋਇਆ ਹੈ, ਇਹਨੇ ਨਵੇਂ ਸਿਰਿਓਂ ਅੱਗ ਬਾਲ ਦਿੱਤੀ। ਸੂਬਾ ਸਰਹੰਦ ਨੂੰ ਕਹਿਣ ਲੱਗਾ, ਸੱਪਾਂ ਦੇ ਬੱਚੇ ਕਦੇ ਮਿੱਤ ਨਹੀਂ ਹੁੰਦੇ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹੈ, ਇਹਨਾਂ ਨੂੰ ਛੱਡ ਕੇ ਵਕਤ ਜਾਇਆ ਕਰ ਰਹੇ ਹੋ, ਵੈਰੀ ਨੂੰ ਕਦੇ ਛੱਡਣਾ ਨਹੀਂ ਚਾਹੀਦਾ। ਇਹਨੇ ਨਵੇਂ ਸਿਰਿਓਂ ਅੱਗ ਲਾ ਦਿੱਤੀ, ਫਤਵਾ ਲਾ ਦਿੱਤਾ, ਕੱਲ 13 ਪੋਹ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣਗੇ, ਪਹੁੰਚਾ ਦਿੱਤੇ ਨੇ ਠੰਡੇ ਬੁਰਜ ਵਿੱਚ। ਦਾਦੀ ਮਾਂ ਨੂੰ ਦੱਸਿਆ ਗਿਆ ਹੈ, ਮਾਂ ਆਪਣੇ ਪੁੱਤਰਿਆਂ ਨੂੰ ਸਾਰੀ ਰਾਤ ਲੋਰੀਆਂ ਦਿੰਦੀ ਰਹੀ, ਗੱਲਾਂ ਕਰਦੀ ਰਹੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਹਾਣੀਆਂ ਸੁਣਾਉਂਦੀ ਰਹੀ। ਮੋਤੀ ਰਾਮ ਮਹਿਰਾ ਸਰਕਾਰ ਤੋਂ ਚੋਰੀ ਦੁੱਧ ਲੈ ਕੇ ਆਉਂਦਾ ਰਿਹਾ, ਦੁੱਧ ਛਕਾਉਂਦਾ ਰਿਹਾ, ਅੱਜ ਵੀ 13 ਪੋਹ ਨੂੰ ਤੜਕੇ ਆਇਆ, ਆਣ ਕੇ ਆਖਿਆ ਮਾਂ ਦੁੱਧ ਛਕ ਲਓ, ਨਾਲੇ ਆਪਣੇ ਪੋਤਰਿਆਂ ਨੂੰ ਛਕਾ ਲਓ, ਅੱਜ ਤੇਰੇ ਪੋਤਰਿਆਂ ਨੇ ਵਾਪਸ ਨਹੀਂ ਆਉਣਾ। ਇਹਨਾਂ ਦੇ ਨਾਲ ਜਾਂਦੀ ਵਾਰ ਦੀਆਂ ਰੱਜ ਰੱਜ ਕੇ ਗੱਲਾਂ ਕਰ ਲਓ, ਮਮਤਾ ਨੂੰ ਸਮਝਾ ਲਓ, ਕਿਤੇ ਮਮਤਾ ਤੜਫਦੀ ਨਾ ਰਹੇ। ਮੋਤੀ ਰਾਮ ਮਹਿਰਾ
माता जी नूं सरकार दी डायरी दे रहा सी। आओ जरा सरवण करिए सोही भरावां दी जोड़ी ते महतीए हे ऐं बयान करदे आ जी। अखां विच नीर पार मोती मैं रखण लगा माता ताई दुखड़े सुना के संगत जी माता ताई दुखड़े सुना के कर लै तू माता अज दिल दियां रीझां सबे जांदी वारी लाडली लडा के नी अम्मी ए जांदी वारी लाडली लडा के तक के तेरा जला तू अज दोवां चन्नियां नू रीझां ला के कर लै तियारी नी अम्मी ए रीझां ला के कर लै तियारी ओ मोती मेरा आखदा ए माता नाल पोतियां दे कर लै प्यार जांदी वारी नी अम्मी ए कर लै प्यार जांदी वारी उम्र वडेरी अज लगना ए साल गैरा उम्र वडेरी अज लगना ए साल गैरा जरली तू वड्डा कर जेरा नी अम्मी ए जरली तू वड्डा कर जेरा चानना जो तेरे कोल चानना खलार दिन छिप जाने हो जुगा हनेरा नी अम्मी ए छिप जाने हो जुगा हनेरा ओ करनी जपुत अज लगे नजाल मान पुत्तां वाली दौलत प्यारी नी अम्मी ए पुत्तां वाली दौलत प्यारी ओ मोती मेरा आखदा है माता नाल पोतियां दे कर लै प्यार जांदी वारी नी अम्मी ए कर लै प्यार जांदी वारी ममता तू कड माता दिल विच्चों मिलने दी मोह छड हो जा निरमोई नी अम्मी ए मोह छड हो जा निरमोई ओ मिलने दी भुख हुण दिल विच रख नाई टुट्टू लड़ी हार दी परोई नी अम्मी ए टुट्टू लड़ी हार दी परोई ओ गोदी दे चंगार जेड फुल तेरे टैक दे ने जानी सो के इन्ना दी क्यारी नी अम्मी ए जानी सो के इन्ना दी क्यारी मोती मेरा आखदा है माता नाल पोतियां दे कर लै प्यार जांदी वारी नी अम्मी ए कर लै प्यार जांदी वारी इन्ना ने निहाला ताई चुम चुम रज लै तू घुट घुट छाती नाल ला लै नी अम्मी ए घुट घुट छाती नाल ला लै चढ़ना है रीझा ला के दूल्हे तू सजा लै नी अम्मी ए रीझा ला के दूल्हे तू सजा लै सारी सरहंदी न सोनिया नू वेख लेगी वरी न मौत जा कुवारी नी अम्मी ए वरी न मौत जा कुवारी मोती मेरा आखदा है माता नाल पोतियां दे कर लै प्यार जांदी वारी नी अम्मी ए कर लै प्यार जांदी वारी ओ पोटियां दे नाल तू तमेण मेण पाल दी ਸਵਿਆਉਣ ਦੱਸ ਚਾਹ ਦਿਲ ਤੇਰੇ ਪੋਟਿਆਂ ਦੇ ਨਾਲ ਤੂੰ ਤਾਂ ਮਿਣ ਮਿਣ ਪਾਲਦੀ ਸੈਂ ਵਿਆਹੁਣ ਦੱਸ ਚਾਹ ਦਿਲ ਤੇਰੇ ਮਾਤਾ ਮੇਰੀ ਏ ਵਿਆਹੁਣ ਦੱਸ ਚਾਹ ਦਿਲ ਤੇਰੇ ਜਾਪਦਾ ਹੈ ਅੱਜ ਇੰਨਾ ਵਾਰ ਲਾੜੀ ਮੌਤ ਤਾਈ ਚਲੇ ਜਾਣਾ ਦਾਦੇ ਵਾਲੇ ਡੇਰੇ ਨੀ ਅੰਮੀ ਏ ਚਲੇ ਜਾਣਾ ਦਾਦੇ ਵਾਲੇ ਡੇਰੇ ਮਿਲਨੇ ਨੀ ਫੇਰ ਦੂਜੀ ਵਾਰੀ ਨੀ ਅੰਮੀ ਏ ਮਿਲਨੇ ਨੀ ਫੇਰ ਦੂਜੀ ਵਾਰੀ ਮੋਤੀ ਮੇਰਾ ਆਖਦਾ ਹੈ ਮਾਤਾ ਨਾਲ ਪੋਤਿਆਂ ਦੇ ਕਰ ਲੈ ਪਿਆਰ ਜਾਂਦੀ ਵਾਰੀ ਨੀ ਅੰਮੀ ਏ ਕਰ ਲੈ ਪਿਆਰ ਜਾਂਦੀ ਵਾਰੀ ਟੁਕੜੇ ਨੇ ਮਾਤਾ ਤੇਰੇ ਦਿਲ ਦੇ ਨੇ ਸੋਲ ਫੁੱਲ ਪਾਪੀਆਂ ਨੇ ਹੈ ਨੇ ਅੱਜ ਕੋਣੇ ਨੀ ਅੰਮੀ ਏ ਪਾਪੀਆਂ ਨੇ ਹੈ ਨੇ ਅੱਜ ਕੋਣੇ ਛੁਪਾਇਆ ਕਦੇ ਛਿਪਣੇ ਨੀ ਚੰਨ ਤੇਰੇ ਸਦਾ ਲਈ ਅਮਰ ਜੱਗ ਹੋਣੇ ਨੀ ਅੰਮੀ ਏ ਸਦਾ ਲਈ ਅਮਰ ਜੱਗ ਹੋਣੇ ਓ ਲਾਲ ਚੋਲਾ ਇਹਨਾਂ ਨੇ ਪਹਿਨਣਾ ਚੀਦੀ ਵਾਲਾ ਬਣਨਾ ਆਜ਼ਾਦੀ ਦੇ ਵਪਾਰੀ ਨੀ ਅੰਮੀ ਏ ਬਣਨਾ ਆਜ਼ਾਦੀ ਦੇ ਵਪਾਰੀ ਮੋਤੀ ਮੇਰਾ ਆਖਦਾ ਹੈ ਮਾਤਾ ਨਾਲ ਪੋਤਿਆਂ ਦੇ ਕਰ ਲੈ ਪਿਆਰ ਜਾਂਦੀ ਵਾਰੀ ਨੀ ਅੰਮੀ ਏ ਕਰ ਲੈ ਪਿਆਰ ਜਾਂਦੀ ਵਾਰੀ ਓ ਸਬਰਾਂ ਦਾ ਘੁੱਟ ਭਾਰ ਮਾਤਾ ਦਸਮੇਸ਼ ਦੀ ਏ ਮੈਂ ਕਿ ਤੈਨੂੰ ਦੱਸ ਸਮਝਾਉਣਾ ਨੀ ਅੰਮੀ ਏ ਮੈਂ ਕਿ ਤੈਨੂੰ ਦੱਸ ਸਮਝਾਉਣਾ ਸਿੱਖੀ ਵਾਲੀ ਜੋਤ ਹੈ ਜਗਾਈ ਮਾਤਾ ਲਾਲ ਤੇਰੇ ਖੂਨ ਵਿੱਚ ਪੁੱਤਰਾਂ ਦਾ ਪੂਣਾ ਸਿੱਖੀ ਵਾਲੀ ਜੋਤ ਹੈ ਜਗਾਈ ਮਾਤਾ ਲਾਲ ਤੇਰੇ
ਨਿਯਮੀਏ ਕਰ ਲੈ ਪਿਆਰ ਜਾਂਦੀ ਵਾਰੀ, ਨਿਯਮੀਏ ਕਰ ਲੈ ਪਿਆਰ ਜਾਂਦੀ ਵਾਰੀ। ਬਾਬਾ ਮੋਤੀ ਰਾਮ ਮਹਿਰੇ ਨੇ ਡੈਰੀ ਦਿੱਤੀ ਆ ਸਰਕਾਰ ਦੀ, ਮਾਂ ਤੇਰੇ ਪੋਤਰਿਆਂ ਨੂੰ ਸਰਕਾਰ ਨੇ ਅੱਜ ਸ਼ਹੀਦ ਕਰ ਦੇਣਾ, ਇਹਨਾਂ ਦੇ ਨਾਲ ਰੱਜ ਰੱਜ ਕੇ ਗੱਲਾਂ ਕਰ ਲਓ। ਇਹਦੇ ਡੈਰੀ ਦੇ ਕੇ ਚਲਾ ਗਿਆ। ਦਾਦੀ ਮਾਂ ਨੇ ਜਿਵੇਂ ਪੋਟਿਆਂ ਦੇ ਨਾਲ ਮਿਣ ਮਿਣ ਕੇ ਆਪਣੇ ਪੋਤਰਿਆਂ ਨੂੰ ਪਾਲਿਆ ਸੀ, ਜੀਤਾਂ ਜੀ ਜਦੋਂ ਚੜ੍ਹਾਈ ਕਰਨ ਲੱਗੇ ਉਸ ਵੇਲੇ ਬਾਬਾ ਫਤਿਹ ਸਿੰਘ ਪੌਣੇ ਇੱਕ 2 ਸਾਲ ਦਾ ਸੀ। ਹਕੀਮਾਂ ਦੀ ਰਾਇ ਸੁਣ ਕੇ ਮਾਤਾ ਜੀ ਆਪਣੀ ਨਹੁੰ ਦੇ ਸਿਰਹਾਣੇ ਆਣ ਕੇ ਬੈਠੇ, ਗੋਡੇ 'ਤੇ ਸਿਰ ਰੱਖਿਆ ਏ, ਪਾਣੀ ਦਾ ਚਮਚਾ ਮੂੰਹ ਵਿੱਚ ਪਾਉਂਦੇ ਨੇ, ਕਦੇ ਬੇਹੋਸ਼ੀ ਵਰਗੀ ਹਾਲਤ ਵੀ ਹੁੰਦੀ ਹੈ। ਦੋਵੇਂ ਖੇਡਦੇ ਖੇਡਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਆਪਣੀ ਮਾਂ ਦੀ ਬਾਹੀ ਦੇ ਨਾਲ ਖਲੋ ਗਏ ਨੇ। ਜਦੋਂ ਜੀਤਾਂ ਨੇ ਤੱਕੇ ਆਪਣੇ ਜਿਗਰ ਦੇ ਟੁਕੜੇ ਵੇਖਿਆ ਤੇ ਮਮਤਾ ਤੜਫੀ। ਮਮਤਾ ਨੇ ਆਖਿਆ, ਨਹੀਂ ਜੀਤਾਂ ਤੂੰ ਤੇ ਰਹਿਣਾ ਨਹੀਂ, ਇਹਨਾਂ ਨੂੰ ਕਿਸੇ ਦੇ ਸਬੁਰਦ ਕਰ ਦੇ, ਜ਼ਿੰਮੇਵਾਰੀ ਸੰਭਾਲ ਦੇ। ਜੀਤਾਂ ਆਖਿਆ, ਆ ਲੈ ਸਾਮ ਮਾਏ, ਮੈਂ ਹਾਏ ਆਪਣੀ ਬਾਜੀ ਪਗਾ ਚੱਲੀ, ਇਹ ਵੀ ਜਾਣਦੀ ਆ ਅਰੇ ਨਹੀਂ ਵੇਲਾ, ਮੌਤ ਨਾਲ ਨਾ ਕਿਸੇ ਦੀ ਵਾਹ ਚੱਲੀ। ਰੱਖੀ ਘੁੱਟ ਕਲੇਜੇ ਦੇ ਨਾਲ ਲਾ ਕੇ, ਮੇਰੇ ਜਿਸਮ ਦੀਆਂ 16 ਨਿਸ਼ਾਨੀਆਂ ਨੇ, ਭਾਰਤ ਵਰਸ਼ ਉਦੋਂ ਅੱਬੜ ਵਾਹੇ ਉੱਠਣਾ ਜਦੋਂ ਦੇਣੀਆਂ ਇਹਨਾਂ ਕੁਰਬਾਨੀਆਂ ਨੇ। ਦਾਦੀ ਮਾਂ ਨੇ ਆਖਿਆ, ਨਹੀਂ ਜੀਤਾਂ ਫਿਕਰ ਨਾ ਕਰੀ, ਤੇਰੇ ਲਾਲਾ ਨੂੰ ਮੈਂ ਤੱਤੀ ਵਾਹ ਨਹੀਂ ਲੱਗਣ ਦਿਆਂਗੀ। ਜਦੋਂ ਵੀ ਦਾਦੀ ਮਾਂ ਨੇ ਖਿਡਾਉਣਾ ਤੇ ਮਨ ਵਿੱਚ ਇਹੋ ਹੀ ਗੱਲ ਆਉਣੀ, ਜੇ ਕਿਤੇ ਮੇਰੇ ਕੋਲ ਇਹਨਾਂ ਨੇ ਆਪਣੀ ਮਾਂ ਮੰਗ ਲਈ ਉਹ ਕਿੱਥੋਂ ਲਿਆ ਕੇ ਦੇਵਾਂਗੀ। ਇੱਕ ਦਿਨ ਦੋਵੇਂ ਖੇਡਦੇ ਖੇਡਦੇ ਦਾਦੀ ਜੀ ਦੇ ਕੋਲ ਆ ਗਏ। ਬਾਬਾ ਫਤਿਹ ਸਿੰਘ ਗੋਦ ਵਿੱਚ ਬਹਿ ਕੇ ਗਲ ਵਿੱਚ ਬਾਹਾਂ ਪਾ ਕੇ ਸਵਾਲ ਕਰ ਦਿੱਤਾ, ਮਾਤਾ ਜੀ ਸਾਡੇ ਮਾਂ ਜੀ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਨੇ? ਮਾਤਾ ਜੀ ਕਹਿਣ ਲੱਗੇ, ਬੇਟਾ ਤੁਹਾਡੇ ਮਾਂ ਜੀ ਸੱਚਖੰਡ ਗਏ ਨੇ। ਤੇ ਬਾਬਾ ਫਤਿਹ ਸਿੰਘ ਕਹਿੰਦਾ, ਮਾਤਾ ਜੀ ਜੇ ਸਾਡੇ ਮਾਂ ਜੀ ਸੱਚਖੰਡ ਗਏ ਆ, ਅਸੀਂ ਵੀ ਸੱਚਖੰਡ ਜਾਣਾ ਹੈ। ਉਸ ਵੇਲੇ ਦਾਦੀ ਮਾਂ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ? ਸਿਰ 'ਤੇ ਹੱਥ ਰੱਖ ਕੇ ਦਾਦੀ ਮਾਂ ਕਹਿਣ ਲੱਗੀ, ਬੇਟਾ ਜਦੋਂ ਤੁਸੀਂ ਸੱਚਖੰਡ ਜਾਣਾ ਉਦੋਂ ਮੈਂ ਨਾਲ ਹੋਵਾਂਗੀ, ਤੁਹਾਨੂੰ ਇਕੱਲਿਆਂ ਨੂੰ ਨਹੀਂ ਜਾਣ ਦਿਆਂਗੀ। ਬਾਬਾ ਜ਼ੋਰਾਵਰ ਸਿੰਘ ਕਹਿੰਦਾ, ਮਾਤਾ ਜੀ ਕਿਤੇ ਸਾਡੇ ਮਾਂ ਜੀ ਵਾਂਗ ਸਾਨੂੰ ਚੋਰੀ ਛੱਡ ਕੇ ਨਾ ਚਲੇ ਜਾਇਓ। ਦਾਦੀ ਮਾਂ ਨੇ ਆਪਣੇ ਪੋਤਰੇ ਛਾਤੀ ਨਾਲ ਘੁੱਟ ਕੇ ਆਖਿਆ, ਬੇਟਾ ਮੈਂ ਵਾਅਦਾ ਕਰਦੀ ਹਾਂ ਜਦੋਂ ਤੁਸੀਂ ਸੱਚਖੰਡ ਜਾਣਾ ਮੈਂ ਤੁਹਾਡੇ ਨਾਲ ਹੋਵਾਂਗੀ। ਉਹ ਸਮਾਂ ਆ ਗਿਆ, ਸੋਚਦੀ ਹੈ ਕਿ ਮੇਰੀ ਨੌ ਜੀਤਾਂ ਕਦੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਛਿਆ ਕਰਦੀ ਸੀ ਕਿ ਮੇਰੇ ਪੁੱਤਰ ਕਦੋਂ ਮੰਗਣੇ ਅਤੇ ਕਦੋਂ ਵਿਆਹੁਣੇ ਆ। ਨਹੀਂ ਜੀਤਾਂ ਅੱਜ ਤੇਰੇ ਬੇਟੇ ਲਾੜੀ ਮੌਤ ਨੂੰ ਵਿਆਹੁਣ ਵਾਸਤੇ ਚੱਲੇ ਆ, ਕਿਤੇ ਕੋਲ ਹੋਵੇ ਮੇਰੇ ਨਾਲ ਰਲ ਕੇ ਅਸੀਂ ਦੋਵੇਂ ਘੋੜੀਆਂ ਹੀ ਗਾ ਲਈਏ। ਅੱਜ ਤੇ ਇਹਨਾਂ ਦਾ ਬਾਪੂ ਵੀ ਇਹਨਾਂ ਦੇ ਕੋਲ ਨਹੀਂ ਜਿਹੜਾ ਇਹਨਾਂ ਦੇ ਸਿਰਾਂ ਤੋਂ ਮੋਹਰਾਂ ਵਾਰ ਕੇ ਸੁੱਟ ਸਕੇ। ਨਹੀਂ ਜੀਤਾਂ ਕਿਤੇ ਅਕਾਲ ਪੁਰਖ ਤੋਂ 2 ਮਿੰਟ ਉਧਾਰੇ ਮੰਗ ਕੇ ਆਣ ਕੇ ਆਪਣੇ ਚੰਨਿਆਂ ਨੂੰ ਵੇਖ, ਕਿੰਨੇ ਸੋਹਣੇ ਲੱਗਦੇ ਨੇ, ਕਿਵੇਂ ਫੱਬਦੇ ਨੇ। ਆ ਜਾ ਜੀਤਾਂ ਰਾਣੀਏ, ਲੈ ਮਿੰਟ ਉਧਾਰੇ, ਤਕਲਾ ਮੇਰੀ ਬੱਚੀਏ, ਚੰਨ ਚੜ੍ਹਦੇ ਖਾਰੇ, ਸਿਰ ਕਿੰਨੇ ਲੱਗਦੇ ਇਸ ਉਮਰ ਪਿਆਰੇ, ਟੁੱਟਣਗੇ ਅੱਜ ਅੰਬਰੋਂ 2 ਰੋਸ਼ਨ ਤਾਰੇ, ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ, ਤੱਕ ਕੇ ਫਿੱਕੇ ਪੈਣਗੇ ਚੰਨ ਸੂਰਜ ਤਾਰੇ। ਕਿੰਨੇ ਆਉਣਾ, ਕਿਹਦੀਆਂ ਗੱਲਾਂ ਸੀ? ਮਾਤਾ ਜੀ ਦਾ ਖਿਆਲ ਸੀ, ਸਿਪਾਹੀ ਲੈਣ ਵਾਸਤੇ ਆਏ ਨੇ। ਮਾਂ ਨੇ ਆਪਣੇ ਪੋਤਰੇ ਤਿਆਰ ਕਰਕੇ ਲਾਲਾਂ ਦੇ ਮੱਥੇ ਚੁੰਮਕੇ ਛਾਤੀਆਂ ਨਾਲ ਘੁੱਟ ਕੇ ਤੋਰੇ ਨੇ ਕਿ ਅੱਜ ਇਹਨਾਂ ਨੇ ਵਾਪਸ ਨਹੀਂ ਆਉਣਾ। ਥੋੜ੍ਹੀ ਦੂਰ ਗਏ, ਪਿਛਾਂਹ ਨੂੰ ਪਰਤ ਕੇ ਵੇਖਿਆ ਅਤੇ ਆਖਿਆ, ਦਾਦੀ ਮਾਂ ਕਿਤੇ ਬਹੁਤਾ ਚਿਰ ਲਾ ਕੇ ਨਾ ਆਇਓ, ਤੁਹਾਡੀ ਗੋਦ ਤੋਂ ਬਿਨਾਂ ਸਾਨੂੰ ਸੱਚਖੰਡ ਵੀ ਨਹੀਂ ਚੰਗਾ ਲੱਗਣਾ। ਤੁਰਪੇ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਵਾਰੀ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ
ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵੇ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਦਿਲ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤੇ ਰਸਪੂ ਫਤਿਹ ਸਿੰਘ ਤੇਰਾ ਦਿਲ ਪਰਚਾਉਣਾ, ਸੁਣ ਕੇ ਮੂਰਤ ਪਿਆਰ ਦੀ ਉੱਠੀ ਬਲ ਲਾ ਕੇ, ਵਿੱਚ ਦਲੀ ਜੀ ਜਾ ਖੜੀ ਬਾਹੀਂ ਹੱਥ ਪਾ ਕੇ, ਰੁਕ ਗਈ ਮਮਤਾ ਤੜਫਦੀ ਬੁੱਲਾਂ ਤੇ ਆ ਕੇ, ਪੀਲੇ ਹੰਝੂ ਅੰਦਰੇ ਉਸ ਡੀਕਾਂ ਲਾ ਕੇ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ। ਮਾਂ ਨੇ ਆਖਿਆ ਮੇਰੇ ਲਾਲ ਕਿਤੇ ਫਿਕਰ ਨਾ ਕਰਿਓ, ਮੈਂ ਮਗਰ ਮਗਰੇ ਆਵਾਂਗੀ। ਤੋਰੇ ਨੇ ਸਿਪਾਹੀ ਕਚਹਿਰੀ ਵਿੱਚ ਲੈ ਕੇ ਪਹੁੰਚੇ ਨੇ ਸਾਹਿਬਜ਼ਾਦਿਆਂ ਨੂੰ, ਉਹ ਲਾਲਚ ਰਸਮੀ ਤੌਰ 'ਤੇ ਇੱਕ ਵਾਰਾਂ ਦਰਾਏ ਗਏ। ਸਾਹਿਬਜ਼ਾਦਿਆਂ ਨੇ ਅੱਗਿਓਂ ਮੋੜਵਾਂ ਜਵਾਬ ਦਿੱਤਾ ਹੈ, ਸੂਬਾ ਸਰਹੰਦ ਨੇ ਐਲਾਨ ਕੀਤਾ ਇਹਨਾਂ ਨੂੰ ਕੋਈ ਕਤਲ ਕਰਨ ਵਾਸਤੇ ਹੈ ਤਿਆਰ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਇਹਨਾਂ ਦਾ ਮੁਕੱਦਮਾ ਚੱਲਦਾ, ਇਹਨਾਂ ਨੇ ਆਗਿਆ ਮੰਗੀ ਹੈ ਸਾਡੀ ਸਜ਼ਾ ਮੁਆਫ ਕੀਤੀ ਜਾਵੇ, ਹੁਕਮ ਹੋਇਆ ਹੈ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਜਿਬਾ ਕਰਕੇ 13 ਪੋਹ ਨੂੰ ਕਚਹਿਰੀ ਦੇ ਵਿੱਚ ਐਂ ਸ਼ਹੀਦ ਕੀਤਾ ਜਾ ਰਿਹਾ ਹੈ। ਦਸਮੇਸ਼ ਤੇ ਜਾਇਆ ਤੇ ਸੂਬੇ ਕਰੜਾ ਫਤਵਾ ਲਾਇਆ, ਏ ਸੱਪ ਦੇ ਬੱਚੇ ਨੇ ਕੋਲ ਕਾਜੀ ਆਖ ਸੁਣਾਇਆ, ਖਲਾਰੇ ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ, ਇਹਨਾਂ ਨਿੱਕੀਆਂ ਜਿੰਦਾਂ ਨੇ ਵੇਖੋ ਹੱਸ ਕੇ ਫਰਜ ਨਿਭਾਏ, ਸੂਬੇ ਹੰਕਾਰੀ ਦੇ ਉਹਨਾਂ ਮੈਲ ਪਾਪ ਦੇ ਢਾਏ, ਉਹ ਨਾ ਚਮਕੂ ਮਰਦਾਂ ਦਾ ਚਮਕਣ ਜੋ ਅੰਬਰਾਂ ਦੇ ਤਾਰੇ, ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ, ਉੱਤੇ ਗੁਰਨਾਵੇਂ ਦੇ ਜਿਸ ਨੂੰ ਕਹਿੰਦੇ ਤੇਗ ਬਹਾਦਰ, ਹਿੰਦੂਆਂ ਦੀ ਰਾਖੀ ਲਈ ਸਤਿਗੁਰ ਬਣ ਗਏ ਹਿੰਦ ਦੀ ਚਾਦਰ, ਕਰ ਚੈਲੰਜਰ ਅੰਗੇ ਨੂੰ ਉਹ ਸੀਸ ਧਰਮ ਤੋਂ ਵਾਰੇ, ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ, ਗੁੜਤੀ ਗੈਰਤ ਦੀ ਭਾਵੇਂ ਉਮਰਾਂ ਦੇ ਵਿੱਚ ਛੋਟੇ, ਹੱਸ ਕੇ ਵਿੱਚ ਨੀਹਾਂ ਦੇ ਦੋਵੇਂ ਜਾਣ ਆਣ ਖਲੋਤੇ, ਖੜਕੇ ਵਿੱਚ ਨੀਹਾਂ ਦੇ ਖੜਕੇ ਵਿੱਚ ਨੀਹਾਂ ਦੇ ਦੋਵੇਂ ਛੱਡਦੇ ਮਰਦ ਜਕਾਰੇ, ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ, ਦੁਨੀਆਂ ਕਹਿੰਦੀ ਸੀ ਸੂਬਾ ਬਣਿਆ ਅੱਜ ਕਮੀਨਾ, ਅੰਬਰ ਵੀ ਡੋਲ ਗਿਆ ਡੋਲੇ ਧਰਤੀ ਮਾਂ ਦਾ ਸੀਨਾ, ਮਾਲੇਰ ਕੋਟਲੇ ਜੇ ਦਰਦੀ ਮਾਰਨ ਹਾ ਦੇ ਨਾਰੇ, ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ, ਇਹਨਾਂ ਛੋਟੇ ਲਾਲਾਂ ਦੀ ਦੁਨੀਆਂ ਯਾਦ ਕਰੂ ਕੁਰਬਾਨੀ, ਉਹ ਧਰਮ ਡੋਲੇ ਨਾ ਯੋਧੇ ਵਾਰ ਗਏ ਜ਼ਿੰਦਗਾਨੀ, ਮੌਤ ਵੀ ਆਵਣ ਨੂੰ ਉਹ ਮੌਤ ਵੀ ਆਵਣ ਨੂੰ ਹੱਸ ਕੇ ਚੜ ਗਏ ਖੂਨੀ ਖਾਰੇ, ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ, ਕੰਧ ਡਿੱਗ ਪਈ ਜ਼ੁਲਮਾਂ ਦੀ ਸ਼ਾਸ਼ਲ ਬਾਸ਼ਲ ਜ਼ੁਰਮ ਕਮਾਉਂਦੇ, ਫੁੱਲਾਂ ਦੇ ਬੱਚਿਆਂ ਤੇ ਛੁਰੀਆਂ ਨਾਲ ਸਿਵਾਰ ਚਲਾਉਂਦੇ, ਦੀਪ ਪਰਿੰਗੜੀ ਦਾ ਕਹਿੰਦਾ ਮੈਂ ਜਾਵਾਂ ਬਲਿਹਾਰੇ, ਹੱਸ ਜਾਨਵਰ ਗਏ ਕਲਗੀਧਰ ਦੇ ਰਾਜ ਦੁਲਾਰੇ।
ਪਾਤਸ਼ਾਹ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਧਰਮ ਤੋਂ ਜਾਨਾਂ ਕੁਰਬਾਨ ਕਰ ਗਏ, ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ, ਇਸਲਾਮ ਪ੍ਰਵਾਨ ਨਹੀਂ ਕੀਤਾ। ਲਾਲਚ ਠੁੱਡੇ ਦੇ ਨਾਲ ਠੁਕਰਾ ਗਏ ਔਰ ਦਾਦੇ ਦੀ ਗੋਦ ਵਿੱਚ ਜਾ ਬਰਾਜੇ। ਇੱਧਰ ਕਚਹਿਰੀ ਵਿੱਚ ਹਾਹਾਕਾਰ ਮੱਚ ਗਈ। ਮੋਤੀ ਰਾਮ ਮਹਿਰਾ ਦੌੜ ਕੇ ਠੰਡੇ ਬੁਰਜ ਵਿੱਚ ਮਾਤਾ ਜੀ ਨੂੰ ਜਾ ਕੇ ਕਹਿੰਦਾ, ਮਾਂ ਤੇਰੇ ਪੋਤਰੇ ਧਰਮ ਤੋਂ ਜਾਨਾਂ ਕੁਰਬਾਨ ਕਰ ਗਏ ਨੇ। ਮੋਤੀ ਭੱਜਿਆ ਭੱਜਿਆ ਬੁਰਜ ਵੱਲੇ, ਸਾਰੀ ਮਾਤਾ ਨੂੰ ਕਥਾ ਸੁਣਾਉਣ ਆਇਆ। ਉਹਦੇ ਸੋਹ ਲਡਕੇ ਦੇ ਪੋਤਿਆਂ ਦੇ ਵੱਡੇ ਹੌਸਲੇ ਕਰਨ ਬਿਆਨ ਆਇਆ। ਨਦੀਆਂ ਖੂਨ ਦੀਆਂ ਵਹਿੰਦੀਆਂ ਵੇਖ ਅੱਖੀਂ, ਵਿੱਚ ਤਰਦੀਆਂ ਰੂਹਾਂ ਵਖਾਣ ਆਇਆ। ਐਸੀ ਸ਼ਾਂ ਧਿਰਦਾ ਸੀਤਲ ਵਾਂਗ ਭਾਵੇਂ ਸੀਨੇ ਧੁਖਦਿਆਂ ਨੂੰ ਲਾਂਬੂ ਲਾਣ ਆਇਆ। ਆਉਂਦਾ ਮਾਤਾ ਦੇ ਚਰਨਾਂ 'ਤੇ ਸਿਰ ਧਰ ਕੇ ਕੇਰ ਗਰਮ ਹੰਝੂ ਛਾਲੇ ਪਾਉਣ ਲੱਗਾ। ਡਾਢੇ ਜ਼ੁਲਮ 'ਤੇ ਸਬਰ ਦੀ ਵਾਰਤਾ ਨੂੰ ਰੋ ਰੋ ਕੇ ਇੰਜ ਸੁਣਾਉਣ ਲੱਗਾ। ਮਾਤਾ ਕਿੰਨਾ ਨੂੰ ਪਈ ਉਡੀਕਦੀ ਏ, ਤੇਰੇ ਲਾਲ ਦੇ ਲਾਲ ਦੁਲਾਰੇ ਲੁਕ ਗਏ, ਤੇਰੇ ਜਿਗਰ ਦੇ ਟੁਕੜੇ ਦੇ ਦੋ ਟੁਕੜੇ, ਤੇਰੀਆਂ ਅੱਖਾਂ ਦੇ ਤਾਰੇ ਲੁਕ ਗਏ। ਜ਼ੁਲਮ ਰਾਜ ਵਿੱਚ ਮੌਤ ਦੀ ਕੰਧ ਓਲੇ, ਤੇਰੇ ਪੰਧ ਦੇ ਚਾਨਣ ਮਨਾਰੇ ਲੁਕ ਗਏ। ਮਾਤਾ ਅੰਤ ਦੀ ਫਤਿਹ ਬੁਲਾ ਗਏ ਹੋ ਨਿੱਕੇ ਨਿੱਕੇ ਉਹ ਸ਼ੈਲ ਸਰਦਾਰ ਦੋਵੇਂ, ਉਹ ਸ਼ਹਾਦਤ ਦੇ ਸਾਗਰੋਂ ਪਾਰ ਹੋ ਗਏ। ਹੋ ਕੇ ਤੇਗ ਦੀ ਧਾਰ ਤਲਵਾਰ ਦੋਵੇਂ, ਤੇਰੀ ਜ਼ਿੰਦ ਗੋਬਿੰਦ ਦੇ ਲਾਲ ਸੁੱਚੇ, ਜ਼ਾਲਮ ਮੌਤ ਦੇ ਵਹਿਣ ਵਿੱਚ ਰੋੜ ਦਿੱਤੇ। ਤੇਰੇ ਸਦਰਾਂ ਦੇ ਖਿੜੇ ਹੋਏ ਬਾਗ ਵਿੱਚੋਂ ਮੋਤੀ ਟੈਂਕ ਦੇ ਫੁੱਲ ਤਰੋੜ ਦਿੱਤੇ। ਆਸ ਮਿਲਣ ਦੀ ਰਹੀ ਨਾ ਹੋਰ ਬਾਕੀ, ਲਾਲ ਸਦਾ ਦੇ ਲਈ ਵਿਛੋੜ ਦਿੱਤੇ। ਦਾਦੀ ਮਾਂ ਦੀ ਗੋਦ ਚੋਂ ਖੋ ਕੇ ਤੇ ਗੁਰੂ ਦਾਦੇ ਦੇ ਚਰਨਾਂ ਨਾਲ ਜੋੜ ਦਿੱਤੇ। ਦੇਸ਼ ਕੌਮ ਤੇ ਧਰਮ ਦੀ ਸ਼ਾਨ ਬਦਲੇ, ਹੱਸ ਹੱਸ ਕੇ ਦੋਵੇਂ ਸ਼ਹੀਦ ਹੋ ਗਏ। ਸਰਮਦ ਜਿਹਾਂ ਦੇ ਪੂਰੇ ਉਸਤਾਦ ਬਣ ਗਏ ਤੇ ਅਰਜਨ ਗੁਰੂ ਦੇ ਪੱਕੇ ਮਰੀਦ ਹੋ ਗਏ। ਮਾਂ ਨੇ ਆਖਿਆ, ਵੇ ਮੋਤੀ ਸੱਚ ਕਹਿਣਾ, ਮੇਰੇ ਪੋਤਰੇ ਧਰਮ ਤੋਂ ਜਾਨਾਂ ਕੁਰਬਾਨ ਕਰ ਗਏ ਨੇ। ਵੇ ਮੋਤੀ ਸੱਚ ਆਨਾ, ਉਹ ਸ਼ਹੀਦ ਹੋ ਗਏ। ਐਪਰ ਧਰਮ ਨੂੰ ਵੱਟਾ ਤਾਂ ਲਾਇਆ ਤੇ ਨਹੀਂ ਨਾ, ਨਹੀਂ ਉਹ ਖੂਨ ਤਾਂ ਮੇਰੇ ਗੋਬਿੰਦ ਦਾ ਸੀ, ਪਰ ਮਸੂਮ ਸਨ ਚਿੱਤ ਡਲਾਇਆ ਤੇ ਨਹੀਂ ਨਾ, ਨਹੀਂ ਉਹ ਵੀਰ ਸਨ ਵੀਰਾਂ ਦੇ ਨਾਲ ਰਲ ਗਏ। ਸ਼ੁਕਰ ਵੇ ਆਪਣਾ ਆਪ ਭੁਲਾਇਆ ਤੇ ਨਹੀਂ ਨਾ, ਪਰ ਮੈਂ ਹੈਰਾਨ ਹਾਂ ਇਕੱਲੇ ਕਿਉਂ ਚਲੇ ਗਏ ਨੇ। ਸਾਥਣ ਮਾਂ ਨੂੰ ਨਾਲ ਰਲਾਇਆ ਤੇ ਨਹੀਂ ਨਾ, ਹੰਸ ਮਾਰ ਸਰੋਵਰੋਂ ਉੱਡਿਆ ਸੀ, ਮਗਰੇ ਹੰਸਾਂ ਦੇ ਹੰਸਾਂ ਦੀ ਛਾਂ ਚੱਲੀ। ਦੇਸ਼ ਕੌਮ ਦੇ ਹਿੱਤ ਸਰੀਰ ਤਜਿਆ, ਮਗਰੇ ਪੁੱਤਾਂ ਦੇ ਪੁੱਤਾਂ ਦੀ ਮਾਂ ਚੱਲੀ। ਦਾਦੀ ਮਾਂ ਵੀ ਪਾਠ ਕਰਕੇ ਲੇਟ ਗਏ ਔਰ ਸ਼ਹੀਦੀ ਪ੍ਰਾਪਤ ਕਰ ਗਏ। ਸੂਬਾ ਸਰਹੰਦ ਐਲਾਨ ਕਰਦਾ, ਉਹ ਕੋਈ ਇਹਨਾਂ ਦਾ ਸੰਸਕਾਰ ਕਰਨਾ ਚਾਹੁੰਦਾ, ਜਿਹੜਾ ਸੰਸਕਾਰ ਕਰਨਾ ਚਾਹੁੰਦਾ ਸ਼ਹਿਰ ਤੋਂ ਬਾਹਰ ਧਰਤੀ ਮੁੱਲ ਲੈ ਕੇ ਕਰ ਸਕਦਾ ਹੈ। ਇਸ ਗੱਲ ਨੂੰ ਸੁਣਿਆ ਹੈ ਟੋਡਰ ਮੱਲ ਸਰਾਫ ਨੇ, ਆਓ ਤੱਕੀਏ ਸੂਬਾ ਸਰਹੰਦ ਵਜ਼ੀਰ ਖਾਨ ਕੀ ਐਲਾਨ ਕਰਦਾ ਹੈ। ਇਹਦੇ ਐਲਾਨ ਨੂੰ ਸੁਣ ਕੇ ਟੋਡਰ ਮੱਲ ਸਰਾਫ ਆਪਣੇ ਭਰਾਵਾਂ ਤੇ ਭਤੀਜਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਉਹਨਾਂ ਦੀ ਬਿਰਧ ਮਾਤਾ, ਉਹਨਾਂ ਦਾ ਸੰਸਕਾਰ ਕਰਨ ਵਾਸਤੇ ਜਿਹੜੇ ਸਵਾਲ ਹੁੰਦੇ ਨੇ, ਜਵਾਬ ਹੁੰਦੇ ਨੇ, ਆਓ ਜਰਾ ਝੋਕ ਛੰਦ ਵਿੱਚ ਸਵਰਗਵਾਸੀ ਕਵੀਸ਼ਰ ਪੰਡਿਤ ਮੋਹਨ ਸਿੰਘ ਜੀ ਕਰਿਆਲੇ ਵਾਲੀ ਦੀ ਲਿਖੀ ਹੋਈ ਕਵਿਤਾ ਪੇਸ਼ ਕਰ ਰਹੇ ਨੇ ਸੋਹੀ ਭਰਾ ਤੇ ਮਹਿਤਾ। ਐਂ ਬਿਨੇ ਆ ਜੀ, ਗੁੱਸੇ ਵਿੱਚ ਖਾਨ ਵਜੀਦਾ ਕਰਦਾ ਤਕਰੀਰ ਜੀ, ਸਾਂਭਣਾ ਜੇ ਕੋਈ ਚਾਵੇ ਤਿੰਨਾਂ ਦਾ ਸਰੀਰ ਜੀ, ਬਾਲਣ ਨੂੰ ਇਕੱਠਿਆਂ ਕਰ ਲਓ ਜੰਡ ਤੇ ਕਰੀਰ ਜੀ, ਚੁਣਕੇ ਤੇ ਫੁੱਲ ਭਾਵੇਂ ਲੈ ਜੋ ਹਰਦਾਰ ਨੂੰ, ਚੁਣਕੇ ਤੇ ਫੁੱਲ ਭਾਵੇਂ ਲੈ ਜੋ ਹਰਦਾਰ ਨੂੰ, ਮੋਰਾਂ ਨਾਲ ਧਰਤੀ ਮਿਣਕੇ ਕਰ ਲਓ ਸੰਸਕਾਰ ਨੂੰ, ਮੋਰਾਂ ਨਾਲ ਧਰਤੀ ਮਿਣਕੇ ਮਲ ਛਾਹੂਕਾਰ ਕਰਦਾ ਸਲਾਵਾਂ ਨੂੰ, ਕਰਕੇ ਤੇ ਇਕੱਠੇ ਕਹਿੰਦਾ ਆਪਣੇ ਭਰਾਵਾਂ ਨੂੰ, ਰੋਸ਼ਨ ਮੈਂ ਕਰਨੇ ਚਾਹੁੰਦਾ ਤੁਹਾਡੇ ਆਨਾਵਾਂ ਨੂੰ, ਨੇਕੀ ਦਾ ਕੰਮ ਕਰਦੇ
ਜਿਸ ਨਾਲ ਸਰਬੰਦੀ ਭਾਵੇਂ ਆ ਜੋ ਰਫੀਕ ਇਸ ਵਿੱਚ ਕੋਈ ਸ਼ੱਕ ਨਾ ਕਰ ਲੋ ਇਤਬਾਰ ਨੂੰ ਇਹਦੇ ਵਿੱਚ ਕੋਈ ਸ਼ੱਕ ਨਾ ਕਰ ਲੋ ਇਤਬਾਰ ਨੂੰ ਮੋਰਾਂ ਨਾਲ ਧਰਤੀ ਮਿਣ ਕੇ ਕਰ ਲੋ ਸਸਕਾਰ ਨੂੰ ਮੋਰਾਂ ਨਾਲ ਧਰਤੀ ਮਿਣ ਕੇ ਚਾਲੀ ਸੀ ਗੰਜ ਖਜ਼ਾਨਾ ਕਾਰੂ ਨੇ ਜੋੜਿਆ ਆਈ ਜਾਂ ਭਾਵੀ ਸਿਰ ਤੇ ਕੋਈ ਨਾ ਬੋੜਿਆ ਖਾਲੀ ਹੱਥ ਤੁਰ ਗਿਆ ਜਗ ਤੂੰ ਝਾੜ ਕੇ ਪੱਲਾ ਜੀ ਸਾਰੇ ਵਪਾਰ ਨਾਲੋਂ ਸੌਦਾ ਸਵੱਲਾ ਜੀ ਸਾਰੇ ਹੀ ਬਿਜਨਸ ਨਾਲੋਂ ਧਰਤੀ ਦਬਵਾ ਦਿਆਂ ਗੋਬਿੰਦ ਸਿੰਘ ਰਹਿ ਗਿਆ ਕੱਲਾ ਉਹ ਵੀ ਮਰਵਾ ਦਿਆਂ ਕਿੰਨਾ ਚਿਰ ਰਹੇਗਾ ਲੁਕਿਆ ਆਖਰ ਤੇ ਕਾਰ ਨੂੰ ਕਿੰਨਾ ਚਿਰ ਰਹੇਗਾ ਲੁਕਿਆ ਆਖਰ ਤੇ ਕਾਰ ਨੂੰ ਮੋਰਾਂ ਨਾਲ ਧਰਤੀ ਮਿਣ ਕੇ ਕਰ ਲੋ ਸਸਕਾਰ ਨੂੰ ਮੋਰਾਂ ਨਾਲ ਧਰਤੀ ਮਿਣ ਕੇ ਮੋਰਾਂ ਦੀ ਖੁਰਜੀ ਲਿਆਇਆ ਉੱਤੋਂ ਤੱਕ ਭਰ ਕੇ ਤੇ ਧਰਤੀ ਦੇ ਉੱਤੇ ਜੋੜਦਾ ਅੱਡੋ ਅੱਡ ਕਰਕੇ ਤੇ ਸਾਰਿਆਂ ਦੇ ਵੇਂਦਿਆਂ ਗਿਆ ਸੁਸਕਾਰ ਕਰਕੇ ਤੇ ਮੋਹਣ ਸਿਆਂ ਟੋਡਰ ਮੱਲ ਨੇ ਮਾਰਿਆ ਹੱਲਾ ਜੀ ਮੋਹਣ ਸਿਆਂ ਟੋਡਰ ਮੱਲ ਨੇ ਮਾਰਿਆ ਹੱਲਾ ਜੀ ਸਾਰੇ ਵਪਾਰ ਨਾਲੋਂ ਸੌਦਾ ਸਵੱਲਾ ਜੀ ਸਾਰੇ ਹੀ ਬਿਜਨਸ ਨਾਲੋਂ ਸਰਾਫ ਮੋਹਰਾਂ ਲੈ ਕੇ ਆ ਗਿਆ ਅੱਤੇ ਵਾਲੀ ਦੀ ਜ਼ਮੀਨ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਹੈ ਜਦੋਂ ਨਮਸਕਾਰ ਕਰਨ ਲੱਗਦੇ ਤੇ ਸੱਜੇ ਬੰਨੇ ਛੋਟਾ ਜਿਹਾ ਥੜਾ ਬਣਿਆ ਹੋਇਆ ਹੈ ਓਨੀ ਜਗ੍ਹਾ ਆਈ ਪਹਿਲਾਂ ਚੌੜੇ ਰੁੱਖ ਮੋਹਰਾਂ ਵਿਛਾਉਣ ਦੀ ਗੱਲ ਸੀ ਸੂਬਾ ਸਰਹੰਦ ਕਹਿਣ ਲੱਗਾ ਨਹੀਂ ਖੜੇ ਰੁੱਖ ਓਨੀ ਜਗ੍ਹਾ ਖਰੀਦੀ ਗਈ ਜਿਹਦੇ ਵਿੱਚ ਇੱਕ ਸੰਸਕਾਰ ਹੋ ਸਕਦਾ ਹੈ ਮਾਤਾ ਜੀ ਨੂੰ ਚਿਖਾ ਤੇ ਲਟਾ ਕੇ ਬਾਬਾ ਜ਼ੋਰਾਵਰ ਸਿੰਘ ਨੂੰ ਮਾਤਾ ਜੀ ਦੇ ਸੱਜੇ ਮੋਢੇ ਤੇ ਮੂਧਿਆਂ ਪਾਉਂਦਾ ਹੈ ਬਾਬਾ ਫਤਿਹ ਸਿੰਘ ਜੀ ਨੂੰ ਖੱਬੇ ਮੋਢੇ ਤੇ ਮੂਧਿਆਂ ਪਾਉਂਦਾ ਹੈ ਚਿਖਾ ਤਿਆਰ ਕਰਕੇ ਅਰਦਾਸ ਕਰਦਾ ਹੈ ਪੱਥਰ ਦਿਲ ਵੀ ਪਿਘਲ ਰਹੇ ਸਨ ਇਸ ਤਰ੍ਹਾਂ ਟੋਡਰ ਮੱਲ ਸਰਾਫ ਨੇ ਸੰਸਕਾਰ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਸ਼ੇਰ ਮੁਹੰਮਦ ਖਾਨ ਦੀਆਂ ਜੱਗ ਵਾਰਾਂ ਗਾਵੇਗਾ ਟੋਡਰ ਮੱਲ ਸਰਾਫ ਜਗਤ ਵਿੱਚ ਪੂਜਿਆ ਜਾਵੇਗਾ ਇੰਨੀਆਂ ਬੇਨਤੀਆਂ ਕਰਦੇ ਖਿਮਾ ਚਾਹੁੰਦੇ ਭੁੱਲਾਂ ਦੀ ਖਿਮਾ ਆਓ ਸਾਡਾ ਪਤਾ ਕੇਵਲ ਸਿੰਘ ਮਹਿਤਾ ਔਰ ਸੋਹੀ ਭਰਾ ਸਾਡੇ ਮੋਬਾਇਲ 9154575737 9157065053 9141293993 'ਤੇ ਜਦੋਂ ਵੀ ਕਾਲ ਕਰੋਗੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ